ਸਤਿ ਸ਼੍ਰੀ ਅਕਾਲ ਦੋਸਤੋ ਮੋਡਰਨ ਐਗਰੀਕਲਚਰ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਜੀ ਕਿ ਵੇਲ ਵਾਲੀ ਕੋਈ ਵੀ ਫਸਲ ਹੈ ਜੀ ਜਿਵੇਂ ਕੱਦੂ ਆ ਗਏ ਕੀਆ ਤੋਰੀ ਲੋਕੀ ਹਦਵਾਣਾ ਖੀਰਾ ਖਰਬੂਜਾ ਇਹ ਇਹ ਜਿਹੜੀਆਂ ਸਾਰੀਆਂ ਫਸਲਾਂ ਨੇ ਵੇਲ ਵਾਲੀ ਕੋਈ ਵੀ ਫਸਲ ਹੈ ਜੀ ਜਿਹੜੀ ਤਰ੍ਹਾਂ ਜਿਵੇਂ ਹੋ ਗਈਆਂ ਤਾਂ ਇਹਨਾਂ ਦੇ ਜਿਹੜੇ ਫੁੱਲ ਹੈ ਉਹ ਕਿਉਂ ਝੜਦੇ ਨੇ ਝੜਨ ਦਾ ਫੁੱਲ ਝੜਨ ਦਾ ਕਾਰਨ ਕੀ ਹੈ ਤੇ ਇਸ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰਾਂਗੇ ਮੈਂ ਤੁਹਾਨੂੰ ਵੀਡੀਓ ਚ ਸਾਰਾ ਕੁਝ ਦਿਖਾਵਾਂਗਾ ਕਿ ਫੁੱਲ ਜਿਹੜੇ ਉਹ ਕਿਉਂ ਛੱਡਦੇ ਨੇ ਅਤੇ ਇਹ ਛੱਡਨੇ ਕਿਉਂ ਜ਼ਰੂਰੀ ਨੇ ਕਿਉਂਕਿ ਫੁੱਲ ਛੱਡਨੇ ਵੀ ਜ਼ਰੂਰੀ ਨੇ ਇਹ ਸਾਰੀ ਜਿਹੜੇ ਆਪਾਂ ਟੌਪਿਕ ਹੈ ਇਸ ਵੀਡੀਓ ਚ ਕਵਰ ਕਰਾਂਗੇ ਤਾਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦਾ ਜੇ ਤੁਸੀਂ ਇਸ ਨੂੰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੇ Facebook ਤੇ ਦੇਖ ਰਹੇ ਹੋ ਤਾਂ ਤੁਸੀਂ ਪੇਜ ਨੂੰ ਲਾਈਕ ਕਰ ਸਕਦੇ ਤਾਂ ਕਿ ਜਿਹੜੀ ਆਉਣ ਵਾਲੀਆਂ ਵੀਡੀਓਜ਼ ਹੈ ਉਹ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਕਿਉਂਕਿ ਕਈ ਮੇਰੇ ਵੀਰ ਜਿਹੜੇ ਇਸ ਕੰਮ ਤੇ ਉੱਪਰ ਬਹੁਤ ਹੀ ਜ਼ਿਆਦਾ ਪੈਸੇ ਖਰਚ ਰਹੇ ਨੇ ਸਪ੍ਰਿਆ ਕਰਨ ਤੇ ਉਹ ਇਸ ਦਾ ਕਾਰਨ ਨਹੀਂ ਸਮਝ ਰਿਹਾ ਕਿ ਇਹ ਜਿਹੜੇ ਫੁੱਲ ਕਿਉਂ ਝੜਦੇ ਨੇ ਇਹ ਝੜਨੇ ਤੇ ਇਹ ਕੁਦਰਤੀ ਤਰੀਕੇ ਦੇ ਨਾਲ ਆਪਾਂ ਇਸ ਦਾ ਕੀ ਹੱਲ ਕਰ ਸਕਦੇ ਆ ਇਹ ਸਾਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਚ ਦਵਾਂਗਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੇ ਫੁੱਲ ਹੈ ਜਿਹੜੇ ਵੇਲ ਵਾਲੀ ਕੋਈ ਵੀ ਫਸਲ ਤੁਸੀਂ ਲਾ ਲਓ ਇਹ ਦੋ ਤਰ੍ਹਾਂ ਦੇ ਫੁੱਲ ਜਿਹੜੇ ਇਸ ਦੇ ਉੱਪਰ ਖਿੜਦੇ ਨੇ ਜੀ ਇੱਕ ਮੇਲ ਅਤੇ ਇੱਕ ਫੀਮੇਲ ਫਲਾਵਰ ਹੈ ਜਿਹੜਾ ਫੀਮੇਲ ਫਲਾਵਰ ਹੈ ਜੀ ਉਸ ਦੀ ਪਛਾਣ ਹੈ ਜਿਹੜੀ ਉਹ ਇਹ ਹੈ ਕਿ ਪਹਿਲਾਂ ਫਰੂਟ ਲੱਗੇਗਾ ਤੇ ਉਸ ਦੇ ਪਿਛਲੇ ਸਾਈਡ ਤੇ ਜਿਹੜਾ ਫੁੱਲ ਹੋਵੇਗਾ ਤੇ ਜਿਹੜਾ ਜਿਹੜਾ ਮੇਲ ਫਲਾਵਰ ਹੈ ਜੀ ਉਹ ਕੱਲਾ ਫੁੱਲ ਖਿੜੇਗਾ ਤੇ ਇਹ ਇਸ ਦਾ ਚੱਕਰ ਕੀ ਹੈ ਕਿ ਇਹ ਜਿਹੜੇ ਮੇਲ ਫਲਾਵਰ ਨੇ ਇਹ ਤਾਂ ਕਦੀ ਵੀ ਫਰੂਟ ਨਹੀਂ ਬਣਦਾ ਜੀ ਫਰੂਟ ਜਿਹੜਾ ਬਣਨਾ ਹੈ ਸਿਰਫ ਫੀਮੇਲ ਫਲਾਵਰ ਦਾ ਫਰੂਟ ਬਣਨਾ ਹੈ ਜੀ ਜਿਹੜਾ ਮੇਲ ਫਲਾਵਰ ਉਹ ਆਟੋਮੈਟਿਕਲੀ ਫੁੱਲ ਖਿੜੇਗਾ ਤੇ ਡ੍ਰੌਪ ਹੋ ਜਾਏਗਾ ਮੇਲ ਫਲਾਵਰ ਖਿੜਨਾ ਕਿਉਂ ਜ਼ਰੂਰੀ ਹੈ ਕਿਉਂਕਿ ਜਿੰਨਾ ਚਿਰ ਮੇਲ ਫਲਾਵਰ ਨਹੀਂ ਹੋਏਗਾ ਉਨਾ ਚਿਰ ਉਹਨਾਂ ਦੀ ਜਿਹੜੀ ਪੋਲੀਨੇਸ਼ਨ ਹੈ ਉਹ ਪ੍ਰੋਪਰ ਤਰੀਕੇ ਨਾਲ ਜੇ ਨਹੀਂ ਹੋਈ ਤਾਂ ਜਿਹੜਾ ਫਰੂਟ ਹੈ ਉਹ ਪੂਰਾ ਡਿਵੈਲਪ ਨਹੀਂ ਹੋ ਸਕਦਾ ਤਾਂ ਸਾਡੇ ਫੁੱਲ ਝੜਨ ਦਾ ਕਾਰਨ ਮੈਂ ਤੁਹਾਨੂੰ ਉਹ ਫਲ ਨਹੀਂ ਬਣਦੇ ਉਹ ਮਤਲਬ ਉਹਨਾਂ ਦਾ ਜਿਹੜਾ ਫਰੂਟ ਹੈ ਉਹ ਨਹੀਂ ਬਣਨਾ ਇਸ ਕਰਕੇ ਉਹਨਾਂ ਨੇ ਛੱਡਣਾ ਹੀ ਹੈ ਜੀ ਕੁਦਰਤੀ ਤੌਰ ਤੇ ਇਹ ਇਹਨਾਂ ਦੇ ਜੈਨੇਟਿਕ ਹੈ ਐਸਾ ਕਿ ਇਹ ਪਹਿਲਾਂ ਮੇਲ ਫਲਾਵਰ ਨੇ ਇਹ ਜਿਹੜੇ ਖਿੜਦੇ ਨੇ ਤਾਂ ਜੇ ਤੁਸੀਂ 5 ਤੋਂ 7 ਮੇਲ ਫਲਾਵਰ ਜਾਂ 10 ਮੇਲ ਫਲਾਵਰ ਕਹੋ ਤਾਂ ਉਸ ਦੇ ਪਿੱਛੇ ਇੱਕ ਫੀਮੇਲ ਫਲਾਵਰ ਜਿਹੜਾ ਉਹ ਹੁੰਦਾ ਹੈ ਜੀ ਇਸ ਦੀ ਆਪਾਂ ਕੁਝ ਸਪੈਸ਼ਲ ਤਰੀਕੇ ਨਾਲ ਕਟਿੰਗ ਕਰਕੇ ਪ੍ਰੂਨਿੰਗ ਕਰਕੇ ਆਪਾਂ ਜਿਹੜਾ ਇਹਨਾਂ ਨੂੰ ਬੈਲੈਂਸ ਕਰ ਸਕਦੇ ਆ ਕਿ ਮਤਲਬ ਜਿਹੜੇ ਮੇਲ ਫਲਾਵਰ ਉਹ ਘਟ ਜਾਣ ਤੇ ਫੀਮੇਲ ਫਲਾਵਰ ਵੱਧ ਜਾਣ ਜਿਸ ਕਰਕੇ ਸਾਡੀ ਪ੍ਰੋਡਕਸ਼ਨ ਜਿਹੜੀ ਉਹ ਵਧ ਜਾਏ ਤਾਂ ਨੰਬਰ 2 ਹੈਗਾ ਜੀ ਜੇ ਸਾਡੇ ਫੀਮੇਲ ਫਲਾਵਰ ਡ੍ਰੌਪ ਹੁੰਦੇ ਨੇ ਮਤਲਬ ਜਿਨ੍ਹਾਂ ਨੂੰ ਫਲ ਪਿਆ ਹੋਇਆ ਅਤੇ ਛੋਟੇ ਛੋਟੇ ਕੱਦੂ ਬਣ ਕੇ ਕੀਆ ਤੋਰੀ ਖੀਰੇ ਲੌਕੀ ਕੋਈ ਵੀ ਚੀਜ਼ ਹੈ ਉਹ ਛੋਟਾ ਜਿਹੜਾ ਫਰੂਟ ਹੈ ਉਹ ਸਾਡਾ ਡਿੱਗ ਰਿਹਾ ਉਸ ਦਾ ਆਪਾਂ ਕਾਰਨ ਕੀ ਹੈ ਜੀ ਸਭ ਤੋਂ ਪਹਿਲਾਂ ਉਸ ਦਾ ਕਾਰਨ ਹੋ ਸਕਦਾ ਜੀ ਜਿਹੜਾ ਪੋਲੀਨੇਸ਼ਨ ਹੈ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ ਮਤਲਬ ਉਹ ਮੇਲ ਤੇ ਫੀਮੇਲ ਜਿਹੜੇ ਫਲਾਵਰ ਹੈ ਉਹਨਾਂ ਦਾ ਜਿਹੜਾ ਉਹਨਾਂ ਦੇ ਉਹ ਜਿਹੜਾ ਪੋਲਨ ਉਹਨਾਂ ਦੇ ਉਹ ਇੱਕ ਦੂਜੇ ਦੇ ਨਾਲ ਟੱਚ ਨਹੀਂ ਆ ਰਹੇ ਉਹ ਹਵਾ ਦੇ ਥਰੂ ਆ ਸਕਦੇ ਨੇ ਉਹ ਆਪਣੀਆਂ ਏੜੀਆਂ ਸ਼ਹਿਦ ਦੀਆਂ ਮੱਖੀਆਂ ਉਹਨਾਂ ਦੇ ਥਰੂ ਆ ਸਕਦੇ ਨੇ ਉਹ ਮੱਛਰ ਦੇ ਥਰੂ ਵੀ ਆ ਸਕਦੇ ਨੇ ਮਤਲਬ ਇਹਨਾਂ ਦਾ ਪੋਲੀਨੇਸ਼ਨ ਜਿਹੜਾ ਪ੍ਰੋਪਰ ਨਾ ਹੋਣਾ ਇਹ ਵੀ ਫਰੂਟ ਡ੍ਰੌਪ ਹੋਣ ਦਾ ਕਾਰਨ ਹੁੰਦਾ ਜੇ ਦੂਜਾ ਕਾਰਨ ਦਾ ਇਹ ਸਭ ਤੋਂ ਵੱਡਾ ਜਿਹੜਾ ਉਹ ਹੁੰਦੀ ਫਰੂਟ ਫੰਗਸ ਜੇ ਤੁਹਾਡੀ ਜਿਹੜੀਆਂ ਵੇਲਾਂ ਐ ਉਸੇ ਕਿਸੇ ਤਰ੍ਹਾਂ ਦੀ ਦਿੱਕਤ ਆਈ ਹੈ ਉਸ ਨੂੰ ਬਲਾਈਟ ਆਈ ਹੈ ਜਾਂ ਫੰਗਸ ਉਹਦੀ ਦਿੱਕਤ ਆਈ ਹੈ ਤਾਂ ਉਦੋਂ ਵੀ ਜਿਹੜੀ ਹੈਗੀ ਹੈ ਜੀ ਉਹ ਫਰੂਟ ਤੇ ਜ਼ਿਆਦਾ ਇਫੈਕਟ ਕਰਦੀ ਹੈ ਮਤਲਬ ਫਰੂਟ ਹੈ ਜਿਹੜਾ ਉਹ ਬਹੁਤ ਜਲਦੀ ਡ੍ਰੌਪ ਹੋਣਾ ਸ਼ੁਰੂ ਹੋ ਜਾਂਦਾ ਹੈ ਉਸ ਦੇ ਹੱਲ ਲਈ ਸਾਨੂੰ ਜਿਹੜੇ ਆਪਣੇ ਕਿਸੇ ਵੀ ਵਧੀਆ ਕਿਸਮ ਦਾ ਫੰਗੀਸਾਈਡ ਹੈ ਜਿਹੜਾ ਉਸ ਦੀ ਸਪਰੇਅ ਕਰਨੀ ਪਵੇਗੀ ਤੇ ਜੇ ਸਾਡੀ ਫੰਗੀਸਾਈਡ ਤੁਸੀਂ ਪਹਿਲਾਂ ਵੀ ਸਪਰੇਅ ਕਰ ਰਹੇ ਹੋ ਤਾਂ ਤਾਂ ਇਹ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਨਹੀਂ ਹੋ ਰਹੀ ਤਾਂ ਫੇਰ ਤੁਹਾਨੂੰ ਫੰਗੀਸਾਈਡ ਦੇ ਨਾਲ ਕੋਈ ਐਂਟੀਬਾਇਓਟਿਕ ਜਿਹੜਾ ਉਹ ਯੂਜ਼ ਕਰਨਾ ਪਵੇਗਾ ਜਿਵੇਂ ਕਸੂਗਾ ਮੈਸਿਨ ਆਉਂਦਾ ਹੈ ਜੀ ਜਾਂ ਉਹ ਉਹ ਐਂਟੀਬਾਡੀ ਤੁਸੀਂ ਨਾਲ ਵਰਤੋਂ ਕਰਨੀ ਹੈ ਜੀ ਫੰਗਾਈ ਸਾਈਡ ਦੇ ਤਾਂ ਫਿਰ ਜਿਹੜੀ ਤੁਹਾਡੀ ਇਹ ਪ੍ਰੋਬਲਮ ਹੈ ਸੋਲਵ ਹੋ ਜਾਏਗੀ ਹੁਣ ਮੈਂ ਤੁਹਾਨੂੰ ਕੈਮਰਾ ਜਿਹੜਾ ਹੈ ਜੀ ਉਹ ਵੇਲਾਂ ਵੱਲ ਕਰਕੇ ਦਿਖਾਉਣਾ ਹੈ ਕਿ ਮੇਲ ਤੇ ਫੀਮੇਲ ਫਲਾਵਰ ਦੀ ਸਾਨੂੰ ਪਛਾਣ ਕੀ ਹੈ ਕਿ ਸਾਨੂੰ ਇਸ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਸਾਡੇ ਫੁੱਲ ਕਿਉਂ ਝੜ ਰਹੇ ਨੇ ਇਹੜਾ ਕਨਸੈਪਟ ਹੈ ਤੁਹਾਡੇ ਕਲੀਅਰ ਕਰ ਲਈ ਮੈਂ ਤੁਹਾਨੂੰ ਇੱਕ ਵਾਰ ਇਸ ਤੇ ਕਰਕੇ ਦਿਖਾਉਣਾ ਹੈ ਜੀ ਵੇਲਾਂ ਵੱਲ ਇਹ ਜਿਹੜਾ ਕੈਮਰਾ ਕਰਕੇ ਦਿਖਾਉਣਾ ਹੈ ਕਿ ਸਾਨੂੰ ਇਸ ਦੀ ਪਛਾਣ ਕੀ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਜਿਹੜੇ ਸਾਰੇ ਨੇ ਇਹ ਮੇਲ ਫਲਾਵਰ ਨੇ ਜੀ ਇਹ ਵੇਖੋ ਇਹ ਜਿੰਨੇ ਵੀ ਹੈਗੇ ਇਹ ਸਾਰੇ ਦੇ ਸਾਰੇ ਮੇਲ ਫਲਾਵਰ ਹੈ ਜੀ ਤੇ ਇਹ ਜਿਹੜਾ ਹੈਗਾ ਜੀ ਆਪਣਾ ਇਹ ਫੀਮੇਲ ਫਲਾਵਰ ਹੈ ਜਿਸ ਨੂੰ ਪਹਿਲਾਂ ਜਿਹੜਾ ਫਰੂਟ ਲੱਗਿਆ ਹੋਇਆ ਅਤੇ ਬਾਅਦ ਚ ਇਸ ਨੂੰ ਫਲ ਪਿਆ ਹੈ ਜੀ ਇਹ ਇੱਥੇ ਵੀ ਦੇਖ ਸਕਦੇ ਹੋ ਇਹ ਵੀ ਜਿਹੜਾ ਫੀਮੇਲ ਫਲਾਵਰ ਹੈ ਜੀ ਇਹ ਸਾਡਾ ਡਵੈਲਪ ਹੋਣਾ ਸ਼ੁਰੂ ਹੋ ਗਿਆ ਜੀ ਇਸ ਤੋਂ ਅੱਗੇ ਵੀ ਹੁਣ ਸਾਨੂੰ ਫੀਮੇਲ ਫਲਾਵਰ ਹੀ ਮਿਲਣਗੇ ਇੱਥੋਂ 3 ਤੋਂ 4 ਸਾਨੂੰ ਫੀਮੇਲ ਫਲਾਵਰ ਮਿਲ ਸਕਦੇ ਨੇ ਮਤਲਬ ਜਿਹੜੀ 1 ਕੇ ਲਾਈਨ ਹੈ ਇਹ ਤੋਂ ਸਾਨੂੰ 3 ਤੋਂ 4 ਜਿਹੜਾ ਲਗਾਤਾਰ ਫਰੂਟ ਮਿਲਣਗੇ ਅਤੇ ਇਸ ਤੋਂ ਬਾਅਦ ਜਿਹੜੇ ਫਿਰ ਹੈ ਉਹ ਫਿਰ ਮੇਲ ਫਲਾਵਰ ਸ਼ੁਰੂ ਹੋ ਜਾਣਗੇ ਇਸ ਦੀ ਸਪੈਸ਼ਲ ਤਰੀਕੇ ਨਾਲ ਕੋਈ ਕਟਿੰਗ ਜਿਹੜੀ ਆਪਾਂ ਕਰਨੀ ਹੁੰਦੀ ਹੈ ਜਿਹਨੂੰ 3G ਕਟਿੰਗ ਕਹਿੰਦੇ ਆ ਆ ਉਸ ਤੇ ਵੀ ਇੱਕ ਮੈਂ ਸਪੈਸ਼ਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗਾ ਜੀ ਅਗਲੇ ਬੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦੇ ਸਾਰੇ ਮੇਲ ਫਲਾਵਰ ਨੇ ਜੀ ਇਹ ਵੀ ਮੇਲ ਫਲਾਵਰ ਹੈ ਇੱਥੇ ਵੀ ਮੇਲ ਫਲਾਵਰ ਹੈ ਇੱਥੇ ਵੀ ਮੇਲ ਫਲਾਵਰ ਆ ਗਿਆ ਤਾਂ ਹੁਣ ਜਿਹੜੀ ਇਥੋਂ ਇੱਕ ਦੇ ਸਾਈਡ ਬ੍ਰਾਂਚ ਨਿਕਲੇਗੀ ਉੱਥੋਂ ਸਾਨੂੰ ਫੀਮੇਲ ਫਲਾਵਰ ਜਿਹੜਾ ਸਾਈਡ ਬ੍ਰਾਂਚ ਤੋਂ ਜਿਹੜਾ ਸਾਨੂੰ ਜਿਹੜਾ ਫੀਮੇਲ ਫਲਾਵਰ ਉਹ ਮਿਲੇਗਾ ਜਿਸ ਦੇ ਨਾਲ ਸਾਡੀ ਪ੍ਰੋਡਕਸ਼ਨ ਪਰ ਇਹ ਦੇਖੋ ਜੀ ਜਿਹੜੇ ਇਹ ਪੂਰੀ ਦੀ ਪੂਰੀ ਲਾਈਨ ਦੇ ਉੱਪਰ ਜਿੱਥੇ ਇਹ ਮੇਲ ਫਲਾਵਰ ਗਏ ਹੋਏ ਨੇ ਇਹ ਇਹ ਜਿਹੜਾ ਐਕਸੈਸ ਲੋਡ ਹੈ ਜਿਹੜਾ ਵੱਧੂ ਲੋਡ ਸਾਡੇ ਵੇਲਾਂ ਦੇ ਉੱਪਰ ਪੈ ਰਿਹਾ ਤਾਂ ਇਸ ਨੂੰ ਆਪਾਂ ਥੋੜਾ ਜਿਹਾ ਘਟਾਉਣਾ ਹੁੰਦਾ ਜੀ ਇਸ ਦੀ ਕਟਿੰਗ ਕਰਕੇ ਤਾਂ ਇਸ ਤੇ ਮੈਂ ਇੱਕ ਅਗਲੀ ਵੀਡੀਓ ਬਣਾ ਕੇ ਤੁਹਾਨੂੰ ਮੈਂ ਪ੍ਰੋਪਰ ਤਰੀਕੇ ਨਾਲ ਦੱਸਾਂਗਾ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਫਰੂਟ ਫ्लाई ਤੇ ਇਹ ਉੱਡ ਰਹੀ ਹੈ ਜੀ ਇਹ ਵੀ ਸਾਡਾ ਜਿਹੜਾ ਫਲ ਹੈ ਉਹ ਇਹ ਖਰਾਬ ਕਰਦੀ ਹੈ ਕਿਸੇ ਕਿਸੇ ਵਕਤ ਕਿਉਂਕਿ ਇਹ ਵੇਜ ਫਲ ਦੇ ਵਿੱਚ ਸੁੰਡੀ ਪੈਦਾ ਕਰ ਦਿੰਦੀ ਹੈ ਜੀ ਉਸ ਦੇ ਵਿੱਚ ਆਂਡਾ ਦੇ ਦਿੰਦੀ ਹੈ ਅੰਦਰ ਇਹ ਤੁਹਾਨੂੰ ਮੇਲ ਤੇ ਫੀਮੇਲ ਫਲਾਵਰ ਬਾਰੇ ਮੈਂ ਜਾਣਕਾਰੀ ਦੇ ਦੋਸਤੋ ਮੈਂ ਤੁਹਾਨੂੰ ਦਿਖਾ ਦਿੱਤਾ ਹੈ ਜੀ ਵੇਲਾ ਵੇਲ ਦੇ ਵੱਲ ਕੈਮਰਾ ਕਰਕੇ ਕਿ ਕਿਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਖੇਤ ਦੇ ਵਿੱਚ ਦੇਖਣ ਨੂੰ ਸਾਨੂੰ ਮਿਲਦੀ ਹੈ ਤਾਂ ਅਸੀਂ ਉਸ ਦਾ ਆਪਾਂ ਹੱਲ ਹੁਣ ਕੀ ਕਰਨਾ ਜੀ ਇੱਕ ਕੈਮੀਕਲ ਤਰੀਕਾ ਵੀ ਹੈਗਾ ਜੀ ਤੇ ਕਟਿੰਗ ਵਾਲਾ ਤਰੀਕਾ ਵੀ ਹੈਗਾ ਕਟਿੰਗ ਵਾਲਾ ਤਰੀਕਾ ਥੋੜਾ ਜਿਆਦਾ ਪਚੀਦਾ ਹੈ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਵਿੱਚ ਸਮਝਾਵਾਂਗਾ ਜੀ ਤੇ ਕੈਮੀਕਲ ਤਰੀਕਾ ਤੁਹਾਨੂੰ ਮੈਂ ਇਸ ਤਰ੍ਹਾਂ ਦੱਸ ਦੇਣਾ ਜੀ ਇੱਕ ਪਲੈਨ ਆਫ ਫਿਕਸ ਨਾਮ ਦੀ ਦਵਾਈ ਆਉਂਦੀ ਹੈ ਜੀ ਬਾਹਰ ਕੰਪਨੀ ਦੀ ਉਹ ਸਾਡੇ ਜਿਹੜੇ ਹਾਰਮੋਨ ਹੈ ਇਹਨਾਂ ਦੇ ਵਿੱਚ ਪੌਦਿਆਂ 'ਚ ਹਾਰਮੋਨ ਹੁੰਦੇ ਉਹਨੂੰ ਉਸਨੂੰ ਬੈਲੈਂਸ ਕਰਕੇ ਜਿਹੜੇ ਮੇਲ ਫਲਾਵਰ ਹੈ ਉਹਨਾਂ ਨੂੰ ਡ੍ਰੌਪ ਕਰਦੀ ਹੈ ਤੇ ਫੀਮੇਲ ਫਲਾਵਰ ਜਿਹੜੇ ਉਹਨਾਂ ਨੂੰ ਵਧਾਉਂਦੀ ਹੈ ਜੀ ਉਸ ਦੀ ਦਵਾਈ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਪਰ ਦਵਾਈ ਦੀ ਵਰਤੋਂ ਕਰਨੀ ਹੈ ਕੁਝ ਸਾਵਧਾਨੀਆਂ ਨੇ ਕਿਉਂਕਿ ਉਹ ਦਵਾਈ ਜਿਹੜੀ ਉਹ ਉਸ ਦੀ ਓਵਰਡੋਸ ਹੈ ਜਿਹੜੀ ਉਹ ਤੁਹਾਨੂੰ ਤੁਹਾਡੇ ਪੌਦੇ ਜਿਹੜੇ ਖਰਾਬ ਕਰ ਸਕਦੀ ਹੈ ਇਸ ਲਈ ਦਵਾਈ ਵਰਤਣ ਤੋਂ ਪਹਿਲਾਂ ਤੁਸੀਂ ਰਿਟੇਲਰ ਜਾਂ ਡੀਲਰ ਜਿਸ ਤੋਂ ਦਵਾਈ ਖਰੀਦੋ ਉਸ ਬਾਰੇ ਪੂਰੀ ਪ੍ਰੋਪਰ ਤਰੀਕੇ ਨਾਲ ਜਾਣਕਾਰੀ ਲੈ ਲੈਣੀ ਹੈ ਜੀ ਤਾਂ ਜੇ ਤੁਹਾਡਾ ਇਸ ਵੀਡੀਓ ਦੇ ਸਬੰਧ ਵਿੱਚ ਕੋਈ ਵੀ ਸਵਾਲ ਹੈ ਤਾਂ ਤੁਸੀਂ ਮੋਡਰਨ ਐਗਰੀਕਲਚਰ ਚਾਹਲ ਵੈਰੀਟੇਬਲ ਫਾਰਮੂਲਾ ਜਿਹੜਾ ਫੇਸਬੁੱਕ ਪੇਜ ਹੈ ਜੀ ਉਸ ਤੇ ਜਾ ਕੇ ਉਸ ਤੇ ਵਟਸਐਪ ਦਾ ਇੱਕ ਆਈਕਨ ਹੈਗਾ ਜੀ ਪੇਜ ਦੇ ਉੱਪਰ ਤਾਂ ਤੁਸੀਂ ਉਸ ਤੇ ਕਲਿੱਕ ਕਰੋਗੇ ਤਾਂ ਤੁਸੀਂ ਸਿੱਧਾ ਮੇਰੇ ਨਾਲ ਕਾਲ ਟੈਕਟ ਕਰ ਸਕਦੇ ਹੋ ਜੀ ਤਾਂ ਜੇ ਤੁਸੀਂ YouTube ਤੇ ਵੇਖ ਰਹੇ ਹੋ ਤਾਂ ਤੁਸੀਂ YouTube ਤੇ ਇਸਤੇ ਕਮੈਂਟ ਦੇ ਰੂਪ ਚ ਜਾਂਦਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ